ਵਿਆਹ ਹੋਇਆ ਵਾ ਇਹ ਕੀ ਤਰੀਕਾ ਥੱਲੇ ਕਰਕੇ ਫਿਰਦੇ ਨੇ ਇਹਦਾ ਕੀ ਫਾਇਦਾ ਫਾਇਦਾ ਕੀ ਹੈ ਇਸ ਦੌਰਾਨ ਤੁਹਾਨੂੰ ਕੋਈ ਕੰਮ ਲੱਗ ਜੇ ਫਿਰ ਅੱਲਾ ਨਾ ਕਰੇ ਅੱਲਾ ਤਾਂ ਨਹੀਂ ਕਰ ਰਿਹਾ ਤੇ ਤੁਸੀਂ ਆਪ ਚਾਹੋ ਕਿ ਸਾਡਾ ਹੋ ਜੇ ਤੇ ਫਿਰ ਨਹੀਂ ਇਨਸ਼ਾ ਅੱਲਾ ਗਰਮੀ ਲੱਗਦੀ ਨਾ ਆਪ ਆਇਆ ਨਾ ਬਿਲਕੁਲ ਇਹਦੇ ਥੱਲੇ ਵੀ ਗਰਮੀ ਲੱਗ ਰਹੀ ਕਿਉਂ ਤੁਸੀਂ ਇਹ ਮਹਿਸੂਸ ਨਹੀਂ ਹੋ ਰਿਹਾ ਤੁਸੀਂ ਇਹਦੇ ਆਦੀ ਹੋ ਗਏ ਆਦੀ ਹੋ ਗਏ ਸਹੀ ਵਰਨਾ ਜਿੰਨੀ ਗਰਮੀ ਅਸੀਂ ਕੱਪੜੇ ਵੀ ਲਾ ਦਈਏ ਕਿਉਂ ਸਾਨੂੰ ਨਹੀਂ ਲੱਗ ਰਹੇ ਆਦੀ ਹੋ ਗਏ ਇਹਦੇ ਆਦੀ ਹੋ ਇਨਸ਼ਾ ਅੱਲਾ ਹੁਣ ਨਹੀਂ ਲੱਥੇ ਇਹਦੇ ਆਦੀ ਹੋਵੋ ਸਹੀ ਹੋ ਗਿਆ ਜੀ ਐਰੀਟੇਟ ਨਾ ਹੋਵੋ ਇਹਦੇ ਆਦੀ ਹੋਵੋ ਠੀਕ ਆ ਓਕੇ ਚਲੋ ਜੀ ਮਾਸਕ ਦਾ ਕਿਹਦਾ ਮਜ਼ਾ ਆਇਆ ਅੱਲਾ ਦਾ ਸ਼ੁਕਰ ਆ ਨਾ 100 ਚੋਂ 95 ਆਦਮੀਆਂ ਨੇ ਮਾਸਕ ਪਾ ਲਏ ਨੇ ਇੱਕਾ ਦੁੱਕਾ ਰਹਿ ਗਏ ਜੋ ਨਹੀਂ ਪਹਿਨ ਰਹੇ ਸ਼ਾਇਦ ਉਨ੍ਹਾਂ ਦਾ ਇਹ ਨਜ਼ਰੀਆ ਹੋ ਕੇ ਜੀ ਕਰੋਨਾ ਹੈ ਹੀ ਨਹੀਂ ਇੱਧਰ ਆਓ ਯਾਰ ਗੱਲ ਵੀ ਸੁਣਨੀ ਚਾਹੀਦੀ ਅਗਲਿਆਂ ਦੀ ਪ੍ਰੋਬਲਮ ਹਾਂਜੀ ਸਰ ਦੱਸੋ ਅਰੇ ਕੀ ਹੈ ਹੁਣ ਜੀ ਇੱਧਰ ਮੂੰਹ ਕਰੋ ਇੱਧਰੋਂ ਵੀ ਬੰਦ ਰਿਹਾ ਦੱਸ ਦੋ ਜਿਸ ਟਾਈਮ ਟਾਈਮ ਹੋਏਗਾ ਕੰਮ ਦਾ ਅਗਰ ਉਸ ਟਾਈਮ ਹੀ ਮਾਰਕੀਟ ਬੰਦ ਹੋਏਗੀ ਤੇ ਕੀ ਫਾਇਦਾ ਕੰਮ ਦਾ ਟਾਈਮ ਕੋਈ ਕੁਦਰਤ ਨੇ ਨਹੀਂ ਬਣਾਇਆ ਇਨਸਾਨਾਂ ਨੇ ਆਪ ਹੀ ਬਣਾਇਆ ਸੀ ਬਿਲਕੁਲ ਸਹੀ ਕਿਹਾ ਤੁਸੀਂ ਇਨਸਾਨਾਂ ਨੇ ਬਣਾਇਆ ਮੇਰੀ ਪੂਰੀ ਗੱਲ ਸੁਣ ਲਓ ਨਾ ਮੈਂ ਤੁਹਾਡੀ ਗੱਲ ਸੁਣ ਲਈ ਇੱਕ ਟਾਈਮ ਬਣਾਇਆ ਹਾਂ ਇਨਸਾਨਾਂ ਨੇ ਬਣਾਇਆ ਆਪ ਇਨਸਾਨ ਸਵੇਰ ਦਾ ਬਣਾ ਲੈਣ ਜਦੋਂ ਪ੍ਰੋਬਲਮ ਜੂਆ ਇਨਸਾਨ ਉਹਨੂੰ ਸਵੇਰ ਦਾ ਬਣਾ ਲੈਣ ਜਦੋਂ 7 ਵਜੇ ਮਾਰਕੀਟਾਂ ਬੰਦ ਹੋ ਜਾਣਗੀਆਂ ਮਹੀਨਾ 2-3 ਮਹੀਨੇ ਬਾਅਦ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਅਸੀਂ 7 ਤੋਂ ਪਹਿਲੇ ਪਹਿਲੇ ਜਾਣਾ ਸਮਝ ਰਹੇ ਜੀ ਗੱਲ ਰੋਜ਼ਾ ਅਸੀਂ ਰੱਖੀਦਾ ਰੋਜ਼ਾ ਖੋਲ੍ਹਣ ਦੇ ਟਾਈਮ ਸਾਰੇ ਘਰਾਂ ਨੂੰ ਪਹੁੰਚਦੇ ਕਿਉਂ ਭਲਾ ਕਿ ਰੋਜ਼ਾ ਖੋਲ੍ਹਾਂਗੇ ਘਰ ਜਾ ਕੇ ਸ਼ੋਪਿੰਗ ਰੋਜ਼ੇ ਤੋਂ ਪਹਿਲੇ ਪਹਿਲੇ ਹੁੰਦੀ ਹੈ ਰੋਜ਼ੇ ਦੇ ਟਾਈਮ ਦੁਕਾਨਾਂ ਬੰਦ ਹੋ ਜਾਂਦੀਆਂ ਨੇ ਹੁੰਦਾ ਇਸ ਤਰ੍ਹਾਂ ਉਹ ਟਾਈਮ ਆ ਇਹ ਤੁਸੀਂ ਐਸਾ ਆਵਾਮ ਨੇ ਆਪ ਹੀ ਸਮਝ ਜਾਣਾ ਕਿ 7 ਵਜੇ ਤੋਂ ਪਹਿਲੇ ਹੀ ਜਾਣਾ ਅਸੀਂ ਬਾਜ਼ਾਰ 'ਚ ਕਿੱਥੇ ਮਾਸਕ ਮਾਸਕ ਮੈਂ ਲਾਉਂਦੇ ਨਹੀਂ ਟੀਵੀ ਦਾ ਮਰੀਜ਼ ਹਾਂ ਟੀਵੀ ਦੇ ਮਰੀਜ਼ ਹੋ ਟੀਵੀ ਦੇ ਮਰੀਜ਼ ਹੋਣ ਤੇ ਮਾਸਕ ਕੀ ਹੁੰਦਾ ਉਹਦੇ ਨਾਲ ਕੀ ਪ੍ਰੋਬਲਮ ਹੁੰਦੀ ਸਾਹ ਨਹੀਂ ਨਾ ਸਹੀ ਸਾਹ ਨਹੀਂ ਸਹੀ ਸਾਹ ਤੁਹਾਡਾ ਸਹੀ ਜੇ ਅਸੀਂ ਕਰ ਦਈਏ ਤੇ ਉਹ ਮੂੰਹਾਂ ਤੋਂ ਕਦੇ ਮਾਸਕ ਨਹੀਂ ਜਦਾ ਹੁੰਦੇ ਆਵਾਜ਼ਾਰੀ ਤੁਹਾਨੂੰ ਸਾਹ ਦੀ ਨਹੀਂ ਹੋ ਰਹੀ ਤੁਹਾਡੇ ਜ਼ੇਹਨ 'ਚ ਆ ਕਿ ਮੈਂ ਮਾਸਕ ਪਾਇਆ ਸੁਣੋ ਨਾ ਤੁਹਾਡੇ ਜ਼ੇਹਨ 'ਚ ਆ ਕਿ ਮੈਂ ਮਾਸਕ ਪਾਇਆ ਤੇ ਮੈਨੂੰ ਸਾਹ ਨਹੀਂ ਆਉਣਾ ਇਹ ਤੁਹਾਡੇ ਨਾਲੋਂ ਮੋਟਾ ਮਾਸਕ ਆ ਦੇ ਲੇਕਿਨ ਮੈਂ ਪਹਿਲੇ ਲੱਗਾ ਮੈਨੂੰ 2-3 ਦਿਨਾਂ 'ਚ ਮੈਨੂੰ ਈਜ਼ੀ ਹੋ ਗਿਆ ਜਿੱਥੇ ਕੋਈ ਮੈਨੂੰ ਬਹੁਤੀ ਪ੍ਰੋਬਲਮ ਹੁੰਦੀ ਮੈਂ ਸਾਈਡ ਦੇ ਹੋ ਕੇ ਨਾ ਲਾ ਕੇ ਸਾਹ ਲੈ ਲੈਣਾ ਅੱਛਾ ਜੀ ਜਦੋਂ ਮੈਂ ਬੰਦਿਆਂ 'ਚ ਜਾਂਦਾ ਮੈਂ ਫੇਰ ਪਾ ਲੈਣਾ ਜਦੋਂ ਤੈਨੂੰ ਸਾਹ ਦਾ ਪ੍ਰੋਬਲਮ ਹੋਵੇ ਕਿਤੇ ਸਾਈਡ ਦੇ ਹੋ ਕੇ ਲਾ ਕੇ ਸਾਹ ਲੈ ਲਾ ਸਮਝ ਆ ਰਹੀ ਓਕੇ ਸਰ ਅੱਲਾ ਕਾ ਸ਼ੁਕਰ ਮੈਂ ਆਪਸੇ ਇੱਕ ਬਾਤ ਕਰੂੰਗਾ ਇਨਡਾਇਰੈਕਟਲੀ ਹਮ ਲੋਕੋਂ ਸੇ ਕਰੇਂਗੇ ਮੈਂ ਆਪਸੇ ਕੁਛ ਬਾਤ ਕਰੂੰਗਾ ਆਪਨੇ ਬਤਾਨਾ ਹੈ ਇਸਮੇ ਕਿਤਨੀ ਮੇਰੀ ਸੋਚ ਜੋ ਹੈ ਵੋ ਠੀਕ ਹੈ ਔਰ ਕਿਤਨੀ ਗਲਤ ਹੈ ਕਰੋਨਾ ਕੀ ਵਜ੍ਹਾ ਸੇ ਹਮਾਰੀ ਜ਼ਿੰਦਗੀ ਕੁਛ ਆਹਿਸਤਾ ਹੋ ਗਈ ਹੈ ਬਿਲਕੁਲ ਰੁਕੀ ਨਹੀਂ ਹੈ ਲੇਕਿਨ ਬਹੁਤ ਸਲੋਅ ਸਪੀਡ ਹੋ ਗਈ ਹਮਾਰੇ ਬੱਚੇ ਸਭ ਸੇ ਬੜੀ ਟੈਨਸ਼ਨ ਹੈ ਹਮਾਰੇ ਬੱਚੇ ਸਕੂਲੋਂ ਮੇਂ ਨਹੀਂ ਜਾ ਰਹੇ ਉਨਕਾ ਮੁਸਤਕਬਿਲ ਖਤਰੇ ਮੇਂ ਹੈ ਅਗਰ ਹਮ ਇਹ ਸੋਚੇਂ ਕਿ ਯਾਰ ਮੈਂ 10-12 ਜਮਾਤੇ ਪੜ੍ਹਾਉਂ ਮੇਰਾ ਬੱਚਾ ਦੂਸਰੀ ਤੀਸਰੀ ਮੇਂ ਹੈ ਤੋ ਮੈਂ ਅਗਰ ਡੇਲੀ ਬੱਚੇ ਕੋ ਆਧਾ ਘੰਟਾ ਦੂੰ ਤੋ ਮੈਂ ਬੱਚੇ ਕੀ ਪੜ੍ਹਾਈ ਕੰਟੀਨਿਊ ਰੱਖ ਸਕਦਾ ਹਾਂ ਉਸੇ ਮੈਂ ਕਹੂੰ ਵੀ ਕਹਾਂ ਪੇ ਛੋੜਾ ਥਾ ਪੜ੍ਹਨਾ ਕੌਨ ਸੀ ਕਿਤਾਬੇਂ ਥੀ ਵਾਲਦੈਨ ਤੋ ਹਮ ਬੱਚੋਂ ਕੋ ਕਿਸ ਹੱਦ ਤੱਕ ਉਨਕੀ ਪੜ੍ਹਾਈ ਕੰਟੀਨਿਊ ਕਰ ਸਕਤੇ ਹੈ ਮੇਰੇ ਖਿਆਲ ਜੀ ਸੀ ਪਹਿਲੇ ਸੇ ਅਬ ਜੋ ਬੱਚੇ ਨਾ ਬਹੁਤ ਹੁਸ਼ਿਆਰ ਹੈ ਯੇ ਇੰਟਰਨੈਟ ਕਾ ਦੌਰ ਹੈ ਠੀਕ ਹੈ ਜਬ ਪਹਿਲੇ ਲੋਕ ਕਹਤੇ ਥੇ ਕਿ ਆਓ 6ਵੀਂ ਜਮਾਤ ਪੜ੍ਹਾ ਹੁਆ ਅੱਜਕੱਲ ਕੇ 16ਵੀਂ ਜਮਾਤ ਕੇ ਬਰਾਬਰ ਹੈ ਹਾਂ ਤੋ ਮੇਰਾ ਖਿਆਲ ਹੈ ਕੋਈ ਇਹ ਤੋ ਅੱਲਾ ਕੀ ਤਰ੍ਹਾਂ ਸੇ ਹੈ ਯੇ ਜੋ ਸਭ ਵੀ ਹੈ ਮੇਰੇ ਖਿਆਲ 'ਚ ਪਹਿਲੇ ਜੋ ਬੱਚੇ ਥੇ ਉਨਸੇ ਬੱਚੇ ਬਹੁਤ ਹੁਸ਼ਿਆਰ ਇੰਟਰਨੈਟ ਸੇ ਬਹੁਤ ਕੁਛ ਪੜ੍ਹ ਵੀ ਸਕਤੇ ਹੈ ਉਹ ਵਾਲਦੈਨ ਬਜਾਏ ਉਨਕੋ ਫੇਸਬੁੱਕ ਔਰ ਟਵਿੱਟਰ ਔਰ ਇਹ ਚੀਜ਼ੇ ਯੂਜ਼ ਕਰਨੇ ਕੇ ਬਜਾਏ ਅੱਛੀ ਚੀਜ਼ੇ ਵਹਾਂ ਸੇ ਉਠਾ ਕੇ ਤੋ ਪਿਕ ਕਰ ਸਕ ਅੱਛਾ ਦੂਸਰੀ ਬਾਤ ਇਹ ਹੈ ਕਿ ਆਪ ਸ਼ਾਦੀਸ਼ੁਦਾ ਹੋਗੇ ਮਾਸ਼ਾਅੱਲਾ ਜੀ ਜੀ ਪਹਿਲੇ ਕਰੋਨਾ ਸੇ ਹਮਾਰੀ ਜੋ ਬਹਿਨ ਹੈ ਮੇਰੀ ਭਾਬੀ ਆਪਕੀ ਵਾਈਫ ਰੋਜ਼ ਕਿਤਨੀ ਦਫਾ ਉਨਕਾ ਚਿਹਰਾ ਦੇਖਤੇ ਥੇ ਔਰ ਕਰੋਨਾ ਕੇ ਬਾਅਦ ਕਿਤਨੀ ਦਫਾ ਦੇਖਤੇ ਅਬ ਤੋ ਜ਼ਿਆਦਾ ਦੇਖਤੇ ਜ਼ਿਆਦਾ ਦੇਖਤੇ ਨਾ ਅਸਲਾਮ ਅਲੈਕੁਮ ਵਾਲੈਕੁਮ ਸਲਾਮ ਕੀ ਹਾਲ ਚਾਲ ਜੀ ਅੱਲਾ ਦਾ ਸ਼ੁਕਰ ਪਹਿਲੇ ਮਾਸਕ ਲਾਓ ਫੇ ਮੈਂ ਤੁਹਾਡੇ ਨਾਲ ਗੱਲ ਕਰਦਾ ਅੱਲਾ ਤੁਹਾਡੀ ਸਿਹਤ ਤੰਦਰੁਸਤੀ ਕਰੇ ਇਹ ਤੁਸੀਂ ਉੱਥੇ ਰੱਖੋ ਇਹ ਜੇ ਪੁਰਾਣਾ ਹੋ ਜਾਣਾ ਤਾਂ ਫਿਰ ਇਹ ਲਾ ਲੈਣਾ ਹੁਣ ਦੱਸੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਲਿਆਕਤ ਜੀ ਹਾਲਾਤ ਕੀ ਨੇ ਸ਼ੁਕਰ ਅਲਹਮਦੁਲਿਲਾ ਜੀ ਘਰ ਬੱਚੇ ਸਭ ਸ਼ੁਕਰ ਹੈ ਮਾਲਕ ਦਾ ਬੜਾ ਕਰਮ ਹੈ ਇਹ ਅੰਬ ਜਿਹੜੇ ਕਹਿੰਦੇ ਨੇ ਜਦੋਂ ਨਵੇਂ ਆਉਂਦੇ ਨੇ ਉਦੋਂ ਖਾਣ ਵਾਲੇ ਨਹੀਂ ਹੁੰਦੇ ਉਹ ਆ ਕੇ ਖਾਣ ਵਾਲੇ ਆ ਇਹ ਖਾਣ ਵਾਲੇ ਆ ਜੀ ਸੱਚੀ ਮੁੱਚੀ ਵਾਲੇ ਸੱਚੀ ਮੁੱਚੀ ਵਾਲੇ ਕੀ ਭਾਅ ਨੇ ਭਾਅ ਤਾਂ 120 ਜਾਂ 100 ਰੁਪਏ ਹੁੰਦੇ ਬਸ 100 ਰੁਪਈਆ ਪਾਈ ਜਾਣੇ ਅੱਛਾ ਇਹ ਦੱਸੋ ਤੁਹਾਨੂੰ ਵੀ 7 ਵਜੇ ਤੋਂ ਬਾਅਦ ਪੁਲਿਸ ਵਾਲੇ ਕਹਿੰਦੇ ਨੇ ਕਿ ਵੀ ਲੈ ਕੇ ਚੱਲੋ ਜਾਂ ਤੁਸੀਂ ਵੇਚ ਸਕਦੇ ਜੇ ਲੇਟ ਨਾਈਟ ਵੀ ਨਹੀਂ ਅਸੀਂ ਤਾਂ ਘਾਟਾ ਵਾਧਾ ਕਰਦੇ ਜਾਈਦਾ ਇਸ ਵੇਲੇ ਜਿਹੜਾ ਥੋੜ੍ਹਾ ਜਿਹਾ ਆਇਆ ਨਹੀਂ ਇਹ ਦੁਕਾਨਾਂ 7 ਵਜੇ ਬੰਦ ਹੋ ਜਾਂਦੀਆਂ ਨੇ ਨਾ ਆਹੋ ਆ 7 ਵਜੇ ਬੰਦ ਹੋਈ ਤੇ ਤੁਸੀਂ ਅਸੀਂ ਵੀ 7 ਵਜੇ ਅੱਜ ਹੀ ਰਹੇ ਹਾਂ ਨਹੀਂ ਤਾਂ ਰੋਜ਼ 7 ਵਜੇ ਚਲੇ ਜਾਂਦੇ ਚਲੇ ਜਾਂਦੇ 7 ਵਜੇ ਤੱਕ ਮੁੱਕ ਜਾਂਦਾ ਕੰਮ ਬਿਲਕੁਲ ਅੱਛਾ
अच्छा जरा तुम मानते जे कि बीमारी जी हैगी अफवाह ही है ਤੁਹਾਡਾ ਕੀ ਦੇਣ ਕਹਿੰਦਾ ਅਸੀਂ ਤੇ ਇਹੋ ਕਹਿੰਦੇ ਜੀ ਅੱਲਾ ਦੀ ਸਬੁਰਦੀ ਹੈ ਬਸ ਜੇ ਹੈਗੀ ਵੀ ਆ ਤੇ ਅੱਲਾ ਰਹਿਮ ਕਰੇ ਅੱਲਾ ਰਹਿਮ ਕਰੇ ਬਸ ਜੇ ਨਹੀਂ ਵੀ ਤਾਂ ਵੀ ਰਹਿਮ ਕਰੇ ਬਿਲਕੁਲ ਰਹਿਮ ਲੇਕਿਨ ਤੁਸੀਂ ਇਹਤਿਆਤ ਲਾਜ਼ਮੀ ਕਰਨੀ ਠੀਕ ਹੈ ਸਰ ਠੀਕ ਹੈ ਠੀਕ ਹੈ ਕਿਉਂਕਿ ਖੁਦਾ ਨਾ ਖਾਸਤਾ ਅਗਰ ਹੋਈ ਤੇ ਕਿਸੇ ਮਸਲੇ ਤੁਹਾਡੇ ਪਿੱਛੇ ਕਮਾਉਣ ਵਾਲੇ ਖਾਣ ਵਾਲੇ ਬਹੁਤ ਜੀ ਹੋਣੇ ਨੇ ਕਮਾਉਣ ਵਾਲੇ ਤੁਸੀਂ ਇਕੱਲੇ ਹੀ ਜੇ ਮੇਰੇ ਲੱਗ ਰਿਹਾ ਅੱਲਾ ਦਾ ਸ਼ੁਕਰ ਹੈ ਬੜਾ ਹੀ ਮਾਲਕ ਦਾ ਕਰਮ ਹੈ ਨਾ ਮਾਲਕ ਦਾ ਬਿਲਕੁਲ ਕਰਮ ਤੇ ਤੁਹਾਡੀ ਕਮਾਈ ਤੋਂ ਇਲਾਵਾ ਵੀ ਜ਼ਰੂਰਤ ਹੈ ਬੱਚਿਆਂ ਨੂੰ ਬਿਲਕੁਲ ਹੈ ਸਿਰਫ ਪੈਸਾ ਨਹੀਂ ਪੈਸੇ ਤੋਂ ਇਲਾਵਾ ਵੀ ਜ਼ਰੂਰਤ ਹੈ ਬਿਲਕੁਲ ਹੈ ਤੇ ਇਸ ਤੋਂ ਤੁਸੀਂ ਉਹਨਾਂ ਦੀ ਖਾਤਰ ਆਪਣਾ ਇਹ ਮਾਸਕ ਨਹੀਂ ਲਾਉਣਾ ਤੁਸੀਂ 2-400-500 ਕਮਾਉਂਦੇ ਜੇ 10 ਰੁਪਏ ਦਾ ਹੁੰਦਾ ਠੀਕ ਹੈ ਸਰ ਇੱਕ ਦਿਨ 'ਚ ਤੁਸੀਂ ਸਮਝੋ ਕਿ ਤੁਸੀਂ 10 ਰੁਪਏ ਆਪਣੀ ਕੇਅਰ ਨੂੰ ਦੇਣੇ ਆਪਣੀ ਹਿਫਾਜ਼ਤ ਨੂੰ ਦੇਣੇ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਜੀ ਓਕੇ ਹੋ ਗਿਆ ਓਕੇ ਬਹੁਤ ਸ਼ੁਕਰੀਆ ਲੈ ਜੀ ਨਾਜ਼ਰੀਨ ਵਕਤ ਆਇਆ ਹਮਾਰੇ ਡਬਿੰਗ ਵਾਲੇ ਕਲਿਪਸ ਕਾ ਆਪ ਹਮਾਰੇ ਡਬਿੰਗ ਵਾਲੇ ਕਲਿਪਸ ਦੇ ਕੇ ਉਸਕੇ ਬਾਅਦ ਦੁਬਾਰਾ ਮੁਲਾਕਾਤ ਹੋਤੀ ਇਨਸ਼ਾਅੱਲਾ ਦੋ ਲੋਗ ਇਸ ਕਿਸਮ ਕੇ ਹੋਤੇ ਹੈਂ ਜਿਨਕੋ ਕਭੀ ਕੋਈ ਵੀ ਟੈਨਸ਼ਨ ਨਹੀਂ ਹੋਤੀ ਏਕ ਤੋ ਵੋ ਜੋ ਕਿ ਫੌਤ ਹੋ ਚੁਕੇ ਹੈ ਇਸ ਦੁਨੀਆ ਸੇ ਜਾ ਚੁਕੇ ਹੈ ਔਰ ਦੂਸਰੇ ਵੋ ਹੈ ਜੋ ਅਭੀ ਪੈਦਾ ਹੀ ਨਹੀਂ ਹੋਏ ਬਾਕੀ ਹਰ ਬੰਦੇ ਕੋ ਟੈਨਸ਼ਨ ਮੈਂ ਜਬ ਵਜ਼ੀਰ ਆਜ਼ਮ ਬਣਾ ਤੋ ਮੈਂ ਸੋਚਾ ਕਿ ਮੁਲਕ ਕੀ ਤਕਦੀਰ ਬਦਲ ਦੂੰ ਅਬ ਮੈਂ ਸੋਚਦਾ ਹੂੰ ਕਿ ਆਪਣਾ ਜ਼ੇਹਨ ਬਦਲ ਦੂੰ ਯੇ ਜੋ ਪਾਕਿਸਤਾਨੀ ਕੌਮ ਹੈ ਯੇ ਮਿਕੀ ਮਾਊਸ ਕੇ ਕਾਰਟੂਨ ਟਾਈਪ ਕੌਮ ਹੈ ਲੇਕਿਨ ਮੈਂ ਫਿਰ ਵੀ ਇਨਕੇ ਲੀਏ ਸੋਚਦਾ ਰਹੂੰਗਾ ਮਾਸ਼ਾਅੱਲਾ ਦੇਖੇ ਕੈਸੇ ਲਿਬਾਸ ਪਹਿਨੇ ਹੋਏ ਹੈ ਸਭ ਨੇ दूर से ऐसे लग रहा है मिस्री चूजे बैठे हुए रंग बिरंगे कपड़े पाल के लेकिन मैं बात ये कर रहा था कि हम साहब क्या कह रहे हैं नहीं नहीं मैं वैसे ही मजाक कर रहा था क्यों स्पीकर साहब कल मैंने एक ताजा शेर लिखा है कि जिंदगी क्रिकेट के मैदान की तरह गुजारी है मैंने जाने किस मैच की सजा पाई है याद नहीं इसके साथ ही अस्सलाम वालेकुम रंजिश ही सही दिल ही दुखाने के लिए आना होगा और नवाज शरीफ तुझको और वो जो उलझन सी तेरे ख्यालों में है वो इशारा भी मेरे सवालों में है आज रपट जाए तो हमें ना बुलाइयो सर जी कोई खुदा का वास्ता काम की बात कर लें को बताएं कि मियां साहब और ये सारा पाकिस्तान है क्या बनेगा क्या हो रहा है कुछ के बारे में देखे मियां साहब तो आएंगे लेकिन कब आएंगे जब जब बहार आई सर जी कुछ पल्ले नहीं पड़ रहा हमारे क्या कह रहे हैं देखो जब कुछ पल्ले ही नहीं पड़ रहा तो यहाँ पे मैंगो लेने आए हो तुम सर जी मेरी बात मार्फत की बातें तुम्हें समझ ही नहीं आ रही तो मैं ये कह रहा था मियां साहब के बगैर ये मुल्क अधूरा है और आने के बाद शेर की तरह आके डंग मारेंगे ओ मेरा मतलब सॉरी अपना टोड शेर क्या मारता है यार पंजा नहीं यार कुछ और मारता है जो शेयर करता है वो ही करेंगे यार धूप में हम क्या कर रहे हैं यहाँ पे सारे एक दूनी दूनी दो दूनी चार मैंने कहा सरकार आ जा आई बाहर दिल है बेकरार ये स्पीकर साहब मैंने पहले भी कहा था जब मैं बैठता हूँ मेरी कुर्सी पे कोई कील रख जाता है अभी भी मुझे चुभा ये देखे कोई बात नहीं आप बात शुरू करें ये मैं ना भूल के वो घर से शायरी वाला कागज स्पीकर साहब मैं उठा के ले आया तो फिर अब आप फिर यही सुन लें फिर ख्वाजा साहब क्या कर रहे हैं आप ये फूल को तो फूल है कली का क्या ख्वाजा साहब मजा नहीं आया नहीं ये क्या आपके चेंज कर लेते देखिए हमको शायरी तो नहीं सुनने आया आपकी यहाँ पे यार चलो मैं आपको एक मक्ता सुना देता हूँ यार तेरी मस्त निगाहें मेरे बुलबुले नैन हम दोनों ही पागल हैं ख्वाजा साहब कोई बात करें आप क्या कर रही है अर्ज किया है आप तो आए नहीं हम ही आ जाते हैं ये क्या है ये क्यों है ओ यार आप किसी और को माइक दे ख्वाजा साहब जाने दे मैं तेरे इश्क में मारा मारा फिरता हूँ तू ही है लबो रुखसार अकेलेपन की तन्हाई हो ये कदम ओ बस कर दे बस कर दे ओके मुझे पता चला है कि जो जर्नलिस्ट हैं उनको जरा छूट मिल गई है कि वो बाहर जाके प्रोग्राम कर सकते हैं जब मर्जी अवेयरनेस के लिए लेकिन ये भी प्रॉब्लम है शूट करने में कि लोग इकट्ठे भी हो जाते हैं और मजबूरी है कि लोगों को जितनी भी हमारी अकल के मुताबिक या सोर्सेज के मुताबिक हमने अवेयरनेस भी देनी है लेकिन आज माशाल्लाह मुझे बड़ी खुशी हुई है किधर चल मास्क थे यार ऐसे की फायदा
मकसद मास्क पाना है। सुनो एक बार मास्क पाना मकसद नहीं है साडा, मकसद यह है कि तुसी जो उत्थे लाया रश तुसी लंघ रहे जे, क्रॉसिंग हो रही लोगों के नाल, असी खलोगे उत्थे किते रेहड़ी वाले को कोई चीज़ लै लोगे, तुहानू याद नहीं रहना कि मास्क थले है, जो तुसी ला लेना ना फिर किसे नूं तुहानू याद भी नहीं रहिंदा। तो बजाय इहदे इह हुण कमीज़ सलवार है ना, इह तां जिन्नी मर्जी गर्मी होवे तुसी पाउणी क्योंकि तुहाडे जिस्म दे नाल इह अटैच हो गई तुहाडे दिमाग च, वरना इहदी आदत पाओ। हाँ जी बिल्कुल, दिमाग नूं समझाओ कि भाई इह नाल ही रहना हुण ते कुछ नहीं होना। ठीक है, जो तुम एक बार ला लिया दोबारा दिल करे याद ही ना रहे, क्यों नहीं देर कोई ना कोई खुदा ना खासा कोई मसला बन जाए, लिया इन लाना नहीं। ठीक है सर, बहुत शुक्रिया। लेडी नाजरीन प्रोग्राम का वक्त खत्म हो गया, पाइन मास्क उत्ते कर लो मेहरबानी। अगले प्रोग्राम में आपसे फिर मुलाकात होगी, अपना बहुत बहुत ख्याल रखें, मास्क सैनिटाइजर और हालात जो है इसके इसको समझ के अपना बहुत बहुत केयर करें अपनी। अगले प्रोग्राम में फिर आपसे बड़ी मुलाकात होगी, अल्लाह हाफिज़।